ਬਾਲਿੰਗ ਐਂਡ ਪੇ ਜੀ ਆਤਿਫ ਅਬਾਸ ਸਟਾਰਟ ਲਿਆ ਜੀ ਆਏ ਬਾਲ ਕੀ ਵਾਈਟ ਬਾਲ ਵਾਈਟ ਬਾਲ ਵਾਈਟ ਬਾਲ ਦੋ ਬਾਲੇ ਹੁਣ ਰਨਸ 12 ਦੋ ਬਾਲਾਂ 12 ਸਕੋਰ ਆਏ ਚੇਅਰਮੈਨ ਕਮੇਟੀ ਦੋ ਪੇ 13 ਜੀ ਦੋ ਬਾਲ 12 ਸਕੋਰ ਦੋ ਬਾਲੇ ਰਨਸ 12 ਬਾਲਿੰਗ ਐਂਡ ਪਿਆ ਜੀ ਆਤਿਫ ਅਬਾਸ ਸਾਹਮਣਾ ਕਰੇਂਗੇ ਫਰਹਾਦ ਅਲਮਦਾਲੀ ਇਸ ਬਾਲ ਪੇ ਮੈਚ ਹੈ ਜੀ ਅਗਰ ਬਾਲ ਸੇਵ ਕਰ ਲੇਤੇ ਆਤਿਫ ਅਬਾਸ ਤੋ ਮੈਚ ਹੋ ਜਾਏਗਾ ਜੀ ਮੋੜਾ ਮੋੜਾ ਕੀ ਸੈੱਟ ਪੇ ਅਗਰ ਸਿਕਸ ਹੋ ਜਾਤਾ ਹੈ ਤਾਂ ਫਿਰ ਮੈਚ 50-50 ਸਟਾਰਟ ਲਿਆ ਜੀ ਆਏ ਬਾਲ ਕੀ ਉੱਚਾ ਖੇਲ ਦਿਆ ਉੱਚਾ ਖੇਲ ਦੇਗਾ ਜੀ 6 ਰਨਸ ਇੱਕ ਬਾਰ ਰਨਸ 6 ਇੱਕ ਬਾਰ ਰਨਸ 6 ਅਬਦਾਲੀ ਸਾਹਮਣੇ ਜੀ ਅਬਦਾਲੀ ਜ਼ੀਸ਼ਾਨ ਸ਼ਾਨੀ ਰਨ ਇੱਕ ਬਾਰ ਰਨ 6 ਜਗ੍ਹਾ ਮਾਰੀ ਨੇ ਅਗਰ ਕ੍ਰਿਕਟ ਲਵਰ ਹੋ ਜਾਨੀਅਰ ਕ੍ਰਿਕਟ ਤੱਕ ਆਇਓ ਮੰਡੀ ਇਸ ਗੱਲ ਅਬਦਾਲੀ ਦੀ ਆਵਾਜ਼ ਆਣੀ ਚਾਹੀਦੀ ਹੈ ਇੱਕ ਬਾਰ 6 ਸਕੋ ਜੀ ਦੋਸਤੋ ਚਸਪ ਪਲਸ ਆ ਗਈ ਹੈ ਕਿ ਨਹੀਂ ਜਾਂ ਅਭੀ ਵੀ ਮੈਚ ਕਾ ਮਜ਼ਾ ਨਹੀਂ ਆਇਆ ਜਿਹੜਾ ਮੈਂ ਖੁਦਾ ਦੀ ਕਸਮ ਟੈਨਸ਼ਨ ਤੋਂ ਇਲਾਵਾ ਕਰਾਣਾ ਆਏ ਡੱਕਣਾ ਇੱਕ ਬਾਲ ਰਨਸ 6 ਮਾਮੂਨ ਕੈਸ਼ ਫੌਜੀ ਲਾਸਟ ਬਾਲ ਰਨਸ 6 ਲਾਸਟ ਬਾਲ ਰਨਸ 6 ਖੂਬਸੂਰਤ ਔਰ ਕਰਾਂ ਤੇ ਜੀ ਆਤਿਫ ਅਬਾਸ ਸਾਹਮਣੇ ਜੀ ਅਬਦਾਲੀ ਦੇਖਦੇ ਹਾਂ ਕਿ ਖੋਰਮ ਚਕਵਾਲ ਦੀ ਟੀਮ ਕੁਆਲੀਫਾਈ ਕਰ ਪਾਤੀ ਹੈ ਕਿ ਨਹੀਂ ਇੱਕ ਬਾਲ 6 ਸਕੋਰ 1 ਤੂਣਾ 6 ਲਾਸਟ ਬਾਲ ਇੱਕ ਬਾਉਂਡਰੀ ਅੱਜ ਸੁੱਤਾ ਲੱਗਦਾ ਸਾਹਮਣਾ ਕਰਾਂਗੇ ਜੀ ਅਬਦਾਲੀ ਖੇਲ ਦਿਆ 6 ਰਨ ਮੈਚ ਵਿਨ ਕਰ ਲਿਆ ਜੀ ਖੋਰਮ ਚਕਵਾਲ ਦੀ ਟੀਮ ਨੇ ਅਬਦਾਲੀ ਨੇ 6 ਲਗਾ ਕੇ ਦੋ ਬਾਲ ਪੇ 2 6 ਲਗਾ ਕੇ ਮੈਚ ਵਿਨ ਕਰ ਲਿਆ ਜੀ ਮੈਚ ਵਿਨ ਕਰ ਲਿਆ ਜੀ ਡੋਗੁਜਰੀ ਕਿੰਗ ਦੀ ਟੀਮ ਨੇ ਹੋਰਮ ਚਕਵਾਲ ਦੀ ਟੀਮ ਨੇ